ਬਹੁਤ ਹੀ ਛੋਟੇ ਨੋਟਿਸ ਤੇ ਇੱਥੇ ਪਹੁੰਚੇ ਸਾਰੇ ਮੀਡੀਆ ਦੇ ਸੱਜਣ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਦੇ ਜਿੰਨੇ ਵੀ ਮੰਚ ਜਿਨ੍ਹਾਂ ਨੂੰ ਤੁਸੀਂ ਰੀਪ੍ਰਜੈਂਟ ਕਰਦੇ ਹੋ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਇੱਕ ਬਹੁਤ ਹੀ ਅਹਿਮ, ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਜੋ ਅੱਜ ਵਿਸ਼ਾ ਹੈ, ਮੈਂ ਉਹਦੇ 'ਤੇ ਤੁਹਾਡੇ ਨਾਲ ਗੱਲ ਕਰਨ ਆਇਆ। ਇਹ ਜਿਹੜੇ ਦਿਨ ਨੇ, ਇਹ ਅਦੁੱਤੀ ਸ਼ਹਾਦਤ ਦੇ ਦਿਨ ਮਨਾਏ ਜਾ ਰਹੇ ਨੇ। ਨਮਨ ਹੋ ਰਿਹਾ ਲਾਸਾਨੀ ਕੁਰਬਾਨੀਆਂ ਨੂੰ। ਅੱਜ ਮੈਂ ਸਵੇਰੇ ਫਤਿਹਗੜ੍ਹ ਸਾਹਿਬ ਵੀ ਮੱਥਾ ਟੇਕ ਕੇ ਆਇਆ। ਲੱਖਾਂ ਦੀ ਗਿਣਤੀ 'ਚ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਲੱਖਾਂ ਦੀ ਗਿਣਤੀ 'ਚ ਪੂਰੀ ਦੁਨੀਆ 'ਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਨਮਨ ਕਰਦੇ ਆ, ਯਾਦ ਕਰਦੇ ਆ। ਔਰ ਸਾਡਾ ਇਹ ਕਹਾਂਗੇ ਕਿ ਸਾਡਾ ਇਹ ਵਿਰਸਾ ਹੈ, ਸ਼ਹਾਦਤਾਂ ਸਾਡਾ ਵਿਰਸਾ ਨੇ, ਪਰ ਇਸ ਅਦੁੱਤੀ ਲਾਸਾਨੀ ਕੁਰਬਾਨੀਆਂ ਵਾਲੇ ਦਿਨਾਂ 'ਚ, ਉਹ ਵੀ ਅੱਜ ਦੇ ਦਿਨ ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਨੇ ਦੀਵਾਰਾਂ ਵਿੱਚ ਚਿਣਵਾਇਆ, ਅਤੇ ਅੱਜ ਦੇ ਦਿਨ ਹੀ ਪਤਾ ਨਹੀਂ ਕਿਉਂ ਚੁਣਿਆ ਉਹਨਾਂ ਨੇ, ਕਿ ਕੇਂਦਰ ਸਰਕਾਰ ਨੇ ਇੱਕ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ, ਜਿਹਦੀ ਚਿੱਠੀ ਮਿਲੀ ਸਾਨੂੰ ਅੱਜ। ਬੜਾ ਦੁੱਖ ਹੋਇਆ। ਹਰ ਸਾਲ 26 ਜਨਵਰੀ ਨੂੰ ਰਿਪਬਲਿਕ ਡੇ 'ਤੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਆਉਂਦਾ, ਜਿਵੇਂ ਇਸ ਵਾਰ ਫਰਾਂਸ ਦੇ ਰਾਸ਼ਟਰਪਤੀ ਚੀਫ ਗੈਸਟ ਨੇ, ਇੱਕ ਵਾਰ ਓਬਾਮਾ ਵੀ ਚੀਫ ਗੈਸਟ ਸੀ, ਅਮਰੀਕਾ ਦੇ ਰਾਸ਼ਟਰਪਤੀ ਜੀ, ਅਤੇ ਉਹਦੇ ਵਿੱਚ ਝਾਕੀਆਂ ਨਿਕਲਦੀਆਂ ਹਰ ਸਟੇਟ ਦੀਆਂ। ਹਰ ਸਟੇਟ ਆਪਣਾ ਆਪਣਾ ਕਲਚਰ ਦਿਖਾਉਂਦੀ ਹੈ, ਹਰ ਸਟੇਟ ਆਪਣੇ ਆਪਣੀਆਂ ਕੁਰਬਾਨੀਆਂ, ਆਪਣਾ ਵਿਰਸਾ ਦਿਖਾਉਂਦੀ। ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਝਾਕੀ ਹੈ ਨਹੀਂ ਸੀ, ਅਸੀਂ ਉਹਦਾ ਸਖ਼ਤ ਇਤਰਾਜ਼ ਕੀਤਾ ਕੇਂਦਰ ਸਰਕਾਰ ਕੋਲ, ਤਾਂ ਇਸ ਵਾਰ ਉਹਨਾਂ ਨੇ ਸਾਨੂੰ ਲੈਟਰ ਪਾ ਕੇ ਪੁੱਛਿਆ ਕਿ ਤੁਸੀਂ ਆਪਣੀ ਇੱਛਾ ਪ੍ਰਗਟ ਕਰਦੇ ਕਿ ਤੁਸੀਂ ਝਾਕੀ ਦੇ ਵਿੱਚ, ਪੰਜਾਬ ਦੀ ਝਾਕੀ ਹੋਣੀ ਚਾਹੀਦੀ ਹੈ। ਤਾਂ ਅਸੀਂ 4/8/2023 ਨੂੰ, 4 ਅਗਸਤ 2023 ਨੂੰ ਵਿਲਿੰਗਨੈਸ ਦੀ ਚਿੱਠੀ ਲਿਖੀ, ਅਤੇ ਨਾਲ ਇਹ ਵੀ ਲਿਖਿਆ ਕਿ ਇਕੱਲਾ ਇਸ ਵਾਰ ਨਹੀਂ ਜੀ, ਅਸੀਂ 2024, 2025, 2026 ਵਾਸਤੇ ਆਪਣੀ ਇੱਛਾ ਪ੍ਰਗਟ ਕਰਦੇ ਕਿ ਝਾਕੀ ਹੋਵੇ ਪੰਜਾਬ ਦੀ, ਅਸੀਂ ਉਹਦੇ ਵਿੱਚ ਪੰਜਾਬ ਦੀ ਹਾਜ਼ਰੀ ਲਵਾਉਣੀ ਚਾਹੁੰਦੇ ਹਾਂ, ਕਿਉਂਕਿ 26 ਜਨਵਰੀ ਹੈ ਅਤੇ ਸਾਡੀਆਂ ਆਜ਼ਾਦੀ ਨਾਲ ਸੰਬੰਧਿਤ ਜਿਹੜੀਆਂ ਕੁਰਬਾਨੀਆਂ ਉਹ ਕਿਸੇ ਤੋਂ ਲੁਕੀਆਂ ਛਿਪੀਆਂ ਨੇ। ਤਾਂ ਅਸੀਂ ਉਹਨਾਂ ਨੂੰ 3, ਉਹ ਕਹਿੰਦੇ ਕੋਈ 3 ਸਾਨੂੰ ਦਿਖਾ ਦਿਓ, ਦੱਸ ਦਿਓ ਕਿ ਕੀ ਕੀ ਤੁਸੀਂ ਕਰੋਗੇ। ਅਸੀਂ ਉਹਨਾਂ ਨੂੰ 3 ਪੰਜਾਬ ਨਾਲ ਸੰਬੰਧਿਤ ਝਾਕੀਆਂ ਪ੍ਰਪੋਜ਼ ਕੀਤੀਆਂ, ਡਿਜ਼ਾਈਨ ਵੀ ਬਣਾਏ, ਉਹਨਾਂ ਕੋਲ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਨੇ ਮੀਟਿੰਗਾਂ ਦੇ ਵਿੱਚ। ਪਹਿਲਾਂ ਤਾਂ ਮੈਂ 3 ਦੇ ਨਾਮ ਲੈ ਦਿੰਦਾ। ਇੱਕ ਸੀ ਪੰਜਾਬ
ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ, ਦੂਜੀ ਸੀ ਮਾਈ ਭਾਗੋ, ਫਸਟ ਲੇਡੀ ਵਾਰੀਅਰ ਆਫ ਸਿੱਖਇਜ਼ਮ, ਨਾਰੀ ਸ਼ਕਤੀ ਇਹਦਾ ਨਾਮ ਸੀ, ਅਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਅਤੇ ਉਹਦੀ ਪੇਸ਼ਕਾਰੀ। ਇਹ ਤਿੰਨ ਅਸੀਂ ਭੇਜੀਆਂ। ਮੈਂ ਵਾਰ ਵਾਰ ਬੋਲਣ ਨਾਲੋਂ ਮੈਂ ਪਹਿਲਾਂ ਬੇਨਤੀ ਕਰੂੰਗਾ ਕਿ ਅਸੀਂ ਦੋ ਦੋ ਡਿਜ਼ਾਇਨ ਵੀ ਭੇਜੋ ਉਹਨਾਂ ਦੇ ਕਿ ਤੁਸੀਂ ਇੱਕ ਸਿਲੈਕਟ ਕਰ ਲਓ। ਪੰਜਾਬ ਦਾ ਅਸੀਂ ਇਸ ਵਾਰ 26 ਜਨਵਰੀ 'ਚ ਅਸੀਂ ਮਿਸ ਨਹੀਂ ਹੋਣ ਦੇਣਾ। ਪੰਜਾਬ ਦਾ ਸੱਭਿਆਚਾਰ, ਪੰਜਾਬ ਦੀਆਂ ਕੁਰਬਾਨੀਆਂ ਅਸੀਂ ਦਿਖਾਉਣੀਆਂ ਨੇ। ਮੈਂ ਮੇਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਪਹਿਲਾਂ ਉਹ ਜਿਹੜੀ ਦੇਸ਼ ਕੁਰਬਾਨੀਆਂ ਵਾਲੀ ਜਿਹੜੀ ਝਾਕੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੱਤੀ ਸੀ ਡਿਜ਼ਾਇਨ, ਉਹ ਆਹ ਸੀ ਜਿਹਦੇ ਵਿੱਚ ਲਾਲਾ ਲਾਜਪਤ ਰਾਏ ਜੀ, ਸ਼ਹੀਦ ਭਗਤ ਸਿੰਘ ਜੀ, ਜਲਿਆਂਵਾਲੇ ਬਾਗ ਦਾ ਸਾਕਾ, ਸਾਈਮਨ ਕਮਿਸ਼ਨ ਗੋ ਬੈਕ, ਜਿਹਦੇ ਵਿੱਚ ਰਾਜਗੁਰੂ ਹੋਰਾਂ ਦੀ, ਗੁਰੂਆਂ ਦੀ ਸਾਰੀ ਜਿਹੜੀ ਹਿਸਟਰੀ ਆ ਉਹ ਅਸੀਂ ਰਿਪਬਲਿਕ ਡੇ ਪਰੇਡ 2023 ਇਹ ਉਹਨਾਂ ਵਾਸਤੇ ਭੇਜੀ ਹੈ। ਮਤਲਬ 24 'ਚ ਰਿਪਬਲਿਕ ਡੇ ਹੋਣੀ ਹੈ, 23 ਜਿਹੜੇ ਮੰਗੇ ਹੋਏ ਸੀ ਉਹਨਾਂ ਨੇ ਅਸੀਂ ਭੇਜੇ ਸੀ। ਇਸੇ ਦਾ ਇੱਕ ਦੂਜਾ ਹਿੱਸਾ ਵੀ ਸੀ, ਹਾਂ, ਕਿ ਜੇ ਤੁਸੀਂ ਇਹਦੇ 'ਚੋਂ ਸਿਲੈਕਟ ਕਰ ਦਿਓ। ਇਹ ਵੀ ਆਲਮੋਸਟ ਸੇਮ ਹੈ, ਭਗਤ ਸਿੰਘ ਜੀ ਨੇ ਇਹਦੇ 'ਚ ਥੋੜ੍ਹਾ ਖੇਤੀ ਵੀ ਦਿਖਾਤੀ ਅਸੀਂ, ਇਹਦੇ 'ਚ ਰਾਜਗੁਰੂ ਸੁਖਦੇਵ, ਇਹਦੇ 'ਚ ਜਿਹੜੇ ਪੰਜਾਬ 'ਚ ਪੇਸ਼ਕਾਰੀਆਂ ਜਾਂ ਉਸ ਵੇਲੇ ਜਿਹੜੇ ਅੰਗਰੇਜ਼ਾਂ ਦੇ ਜ਼ੁਲਮ ਨੇ ਉਹ ਵੀ ਨੇ, ਇਹਦੇ 'ਚ ਮਹਾਰਾਜਾ ਰਣਜੀਤ ਸਿੰਘ ਜੀ ਵੀ, ਸ਼ਹੀਦ ਊਧਮ ਸਿੰਘ, ਇਹ ਜਲਿਆਂਵਾਲੇ ਬਾਗ ਦਾ ਜਿਹੜਾ ਬਣਿਆ ਹੋਇਆ ਯਾਦਗਾਰੀ ਉਹ ਵੀ ਸੀ। ਇਹ ਦੋ ਅਸੀਂ ਦਿੱਤੀਆਂ, ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਤਾਨ। ਦੂਜਾ ਅਸੀਂ ਦਿੱਤਾ ਮਾਈ ਭਾਗੋ, ਨਾਰੀ ਸ਼ਕਤੀ। ਇਹ ਨਾਰੀ ਸ਼ਕਤੀ ਨਾਲ ਮਾਈ ਭਾਗੋ ਆਰਮਡ ਫੋਰਸ ਜਿਹੜਾ ਇੱਥੇ ਚੱਲਦਾ ਮੋਹਾਲੀ ਦੇ ਵਿੱਚ, ਉਹਦੇ ਵਿੱਚ ਟ੍ਰੇਨਿੰਗ ਕੁੜੀਆਂ ਦੀ ਜਿਹੜੀ ਹੈ ਉਹ ਵੀ ਅਸੀਂ ਬਕਾਇਦਾ ਦਿਖਾਈ ਗਈ ਨਾਰੀ ਸ਼ਕਤੀ ਦੇ ਤੌਰ 'ਤੇ, ਅਤੇ ਕਿੰਨੀਆਂ ਕੁੜੀਆਂ ਪੁਲਿਸ ਦੇ ਵਿੱਚ ਨੇ, ਕਿੰਨੀਆਂ ਇਹ ਨਾਰੀ ਸ਼ਕਤੀ ਤੌਰ 'ਤੇ ਅਸੀਂ ਇਹ ਉਹਨਾਂ ਨੂੰ ਰੀਪ੍ਰਜੈਂਟ ਕੀਤੀ। ਇਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਜੇ ਤੁਸੀਂ ਇਹਦੇ 'ਚੋਂ ਸਿਲੈਕਟ ਕਰਨੀ ਹੈ, ਇਹ ਵੀ ਮਾਈ ਭਾਗੋ ਬਾਰੇ, ਇਹ ਕਲਚਰ ਦੀ, ਹਾਂ ਕਲਚਰ ਦੀਆਂ ਦੋ ਨੇ, ਆਹ ਕਲਚਰ ਦੀ ਦਿਖਾਈ, ਫੁਲਕਾਰੀ ਕੱਢਦੀ ਕੁੜੀ, ਅਤੇ ਸਾਡਾ ਲੰਗਰ ਦੀ ਪ੍ਰਥਾ, ਭੰਗੜਾ, ਮਧਾਣੀਆਂ, ਭੰਗੜਾ, ਗਿੱਧਾ, ਮੋਰ, ਹਵੇਲੀਆਂ, ਚਰਖੇ, ਇਹ ਅਸੀਂ ਦਿਖਾਏ। ਇਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਇਹਦੀ ਬਜਾਏ ਤੁਸੀਂ ਜੇ ਆਹ ਸਿਲੈਕਟ ਕਰਨਾ, ਇਹ ਵੀ ਆਲਮੋਸਟ ਸੇਮ ਹੀ ਹੈ। ਅਸੀਂ ਇਹ ਕਿੰਨੀਆਂ ਮੀਟਿੰਗਾਂ, ਸਾਡੇ ਡਾਇਰੈਕਟਰ ਸਾਹਿਬ, 3 ਮੀਟਿੰਗਾਂ 'ਚ ਉੱਥੇ ਸੈਂਟਰ ਨਾਲ ਗੱਲ ਕਰਨ ਲਈ ਗਏ, ਜਿਹੜੀ ਕਮੇਟੀ ਬਣਾਈ ਗਈ ਉਹਨਾਂ ਰੱਖ। ਤਾਂ ਪਿਛਲੀ 26 ਜਨਵਰੀ ਸਾਡੀ ਮਿਸ ਹੋ ਗਈ, ਦੁੱਖ ਹੋਇਆ ਸਾਨੂੰ। ਤਾਂ ਇਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਕਿ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ। ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ, ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ, ਪਰ ਆਹ ਸਾਡੀਆਂ ਸ਼ਰਧਾਂਜਲੀਆਂ 'ਤੇ ਜਾਂ ਸਾਡੇ ਜ਼ਖਮਾਂ 'ਤੇ ਨਮਕ ਛਿੜਕਣ ਵਾਲੀ ਗੱਲ। ਲੈਟਰ ਆਈ ਹੈ ਜੀ, ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ, ਕਾਰਨ ਨਹੀਂ ਦੱਸਦੇ ਹੁੰਦੇ ਜੀ, ਉਹ ਕਹਿੰਦੇ ਆ ਜਿਹੜੇ ਸਿਲੈਕਟਡ ਸਟੇਟਸ ਨੇ ਉਹ ਆਹ ਨੇ,
20 ਨੇ ਜੀ, ਦਿੱਲੀ ਵੀ ਹੈ ਨਹੀਂ, ਪੰਜਾਬ ਵੀ ਹੈ ਨਹੀਂ, ਦਿੱਲੀ ਵੀ ਹੈ ਨਹੀਂ। ਮੈਂ ਪੜ੍ਹ ਕੇ ਸੁਣਾ ਦਿੰਦਾ, ਉੱਤਰਾਖੰਡ ਹੈ ਜੀ, ਉੱਤਰ ਪ੍ਰਦੇਸ਼ ਹੈ ਜੀ, ਤੇਲੰਗਾਨਾ, ਤਮਿਲਨਾਡੂ, ਰਾਜਸਥਾਨ, ਉੜੀਸਾ, ਮੇਘਾਲਿਆ, ਮਨੀਪੁਰ, ਮਹਾਰਾਸ਼ਟਰ, ਮੱਧ ਪ੍ਰਦੇਸ਼, ਲਦਾਖ, ਕਰਨਾਟਕਾ, ਝਾਰਖੰਡ, ਹਰਿਆਣਾ, ਗੁਜਰਾਤ, ਗੋਆ, ਛੱਤੀਸਗੜ੍ਹ, ਅਸਾਮ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼। ਮੈਨੂੰ ਪਹਿਲਾਂ ਖਤਮ ਕਰ ਲੈਣ ਦਿਓ ਸਾਰੀ ਗੱਲ, ਫਿਰ ਆਪਾਂ ਤੁਸੀਂ ਤੁਹਾਡਾ ਸਵਾਲ ਕਰ ਲਓ। 80% ਤੋਂ ਉੱਪਰ, 90% ਤੋਂ ਉੱਪਰ ਭਾਜਪਾ ਦੁਆਰਾ ਸ਼ਾਸਿਤ ਪ੍ਰਦੇਸ਼ ਨੇ, ਮਤਲਬ ਹੁਣ 26 ਜਨਵਰੀ ਅਤੇ 15 ਅਗਸਤ ਦਾ ਵੀ ਭਗਵਾਕਰਨ ਹੋ ਗਿਆ, ਭਾਜਪਾਕਰਨ ਹੋ ਗਿਆ, ਰਾਜਨੀਤੀਕਰਨ ਹੋ ਗਿਆ। ਅਤੇ ਪਿਛਲੇ ਸਾਲ ਵੀ ਸਾਡੀ ਝਾਕੀ ਨਹੀਂ ਸੀ, ਇਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ, ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ। ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ, 15 ਅਗਸਤ ਅਤੇ 26 ਜਨਵਰੀ 'ਚ ਸਾਡੀਆਂ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ, ਤੁਹਾਡੀ ਕੋਈ ਲੋੜ ਨਹੀਂ। ਮੈਂ ਕਹਿੰਦਾ ਪੰਜਾਬ ਦੀ ਝਾਕੀ ਤਾਂ ਛੱਡੋ, ਅੰਡੇਮਾਨ ਨਿਕੋਬਾਰ ਦੀ ਝਾਕੀ ਹੁੰਦੀ ਨਾ, ਉਹਦੇ 'ਚ ਵੀ ਪੰਜਾਬੀ ਦਿਖਾਉਣੇ ਪੈਂਦੇ, ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ, ਫਾਂਸੀ ਵਾਲੇ ਵੀ, ਕਾਲੇ ਪਾਣੀ ਵਾਲੇ ਵੀ। ਇਹ ਸਮਝਦੇ ਕੀ ਆਪਣੇ ਆਪ ਨੂੰ? ਇਹ ਸਾਡੇ ਵਿਰਸੇ ਨੂੰ, ਸਾਡੀ ਸਾਡੀਆਂ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ? ਐਂ ਖਤਮ ਕਰ ਲੈਣਗੇ? ਕਹਿ ਰਿਹਾ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨੀ ਕਿ ਇਹਨਾਂ ਦਾ ਬਸ ਚੱਲੇ ਜਨ ਗਨ ਮਨ ਚੋਂ ਪੰਜਾਬ ਕੱਢ ਦੇਣਗੇ, ਆ ਉਸੇ ਪਾਸੇ ਨੂੰ ਚੱਲਿਆ ਹੋਇਆ ਕਦਮ ਹੈ। ਜੇ 26 ਜਨਵਰੀ ਅਤੇ 15 ਅਗਸਤ 'ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾਹਦੀ ਹੈ ਜੀ? ਜੇ ਇਹਨਾਂ ਨੂੰ BJP ਵਾਲੇ ਇਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਿਹਾ ਪੰਜਾਬ 'ਚ, LED ਬੈਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਨੇ, ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ, ਭਗਤ ਸਿੰਘ ਇਹਨਾਂ ਨੂੰ ਚੰਗਾ ਨਹੀਂ ਲੱਗਦਾ, ਲਾਲਾ ਲਾਜਪਤ ਰਾਏ ਜੀ ਚੰਗੇ ਨਹੀਂ ਲੱਗਦੇ, ਊਧਮ ਸਿੰਘ ਹੋਰਾਂ ਦੀ ਝਾਕੀਆਂ ਪਸੰਦ ਨਹੀਂ, ਮਾਈ ਭਾਗੋ ਇਹਨਾਂ ਨੂੰ ਪਸੰਦ ਨਹੀਂ ਜਿਹਨਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ। ਮੋਦੀ ਇਹਦੇ ਨਾਲੋਂ ਜ਼ਿਆਦਾ ਵਧੀਆ ਹੋ ਗਿਆ, ਇਹ ਨਹੀਂ ਕਹਿੰਦੇ ਪਸੰਦ ਸਾਨੂੰ। ਇਹ 'ਚ ਕੋਈ ਇਹ ਦੱਸ ਦਿਓ ਕੋਈ ਅਸੀਂ ਕੋਈ ਇਹ 'ਚ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ, ਤੇ ਜਾਂ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤੀਕਰਨ ਕੋਈ ਕੀਤਾ ਹੋਵੇ? ਸਾਰੇ ਤਾਂ ਸਾਰੇ ਸ਼ਹੀਦ, ਸਾਰਾ ਕਲਚਰ, ਸਾਰਾ ਤਾਂ ਸਾਂਝਾ ਹੀ ਹੈ। ਇਹਨਾਂ ਨੇ ਤਾਂ G20 ਵੀ ਜਿਹੜਾ 20 ਸੀ ਉਹ ਕਮਲ ਦਾ ਫੁੱਲ ਹੀ ਬਣਾਤਾ ਸੀ। ਇਹ ਤਾਂ ਹਰ ਇੱਕ ਚੀਜ਼ ਦਾ ਰਾਜਨੀਤੀਕਰਨ ਕਰਦੇ। ਫਿਰ ਪਹਿਲਾਂ ਇਹਨਾਂ ਨੇ, ਮੈਂ ਇਗਜ਼ਾਮਪਲ ਦੇਦਾ ਹੁਣ, ਇਹ ਗੱਲ ਕੈਪਟਨ ਅਮਰਿੰਦਰ ਸਿੰਘ ਜੀ, ਸੁਨੀਲ ਜਾਖੜ ਜੀ ਅਤੇ ਉਹ ਮਨਜਿੰਦਰ ਸਿਰਸਾ ਜੀ ਅਤੇ ਉਹ RP ਸਿੰਘ, ਉਹ ਜਿਹੜੇ ਇਹਨਾਂ ਦੇ ਰੱਖੇ ਹੋਏ ਨਾ ਬੋਲਣ ਵਾਲੇ, ਜੋ ਬੋਲਣਗੇ ਉਹਦੇ ਮਾਂਗਰੀ ਬੋਲਣਾ ਹੁੰਦਾ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੁਣ ਲਿਓ, RDF ਦਾ ਪੈਸਾ ਪੰਜਾਬ ਦਾ 5,500 ਕਰੋੜ ਰੋਕ ਲਿਆ, ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ, ਤੀਰਥ ਯਾਤਰਾ, ਅਸੀਂ ਤੀਰਥ ਯਾਤਰਾ ਕਰਾਉਣੀ ਸੀ, ਅਸੀਂ ਰੇਲਵੇ ਨਾਲ MOU ਕੀਤਾ ਜੀ ਜਨਾਬ, MOU ਹੈ, ਟ੍ਰੇਨਾਂ ਦੇ ਸਾਰੇ ਪੈਸੇ ਪਹਿਲਾਂ ਦਿੱਤੇ, ਹਜੇ ਵੀ 1.5 ਕਰੋੜ ਰੁਪਈਆ ਸਾਡਾ ਉਹਨਾਂ ਵੱਲ ਵੱਧਦਾ ਹੈ। ਪਹਿਲੀ ਟ੍ਰੇਨ ਦੇ ਕੇ ਜਦੋਂ ਪਤਾ ਲੱਗਿਆ ਤਾਂ ਲੋਕ ਤਾਂ ਬਹੁਤ ਜ਼ਿਆਦਾ ਧਾਰਮਿਕ ਵਿਰਤੀ ਵਾਲੇ ਤਾਂ ਮਤਲਬ ਸ਼ੁਕਰਾਨਾ ਹੀ ਬਹੁਤ ਕਰ ਰਹੇ ਨੇ ਸਰਕਾਰ ਦਾ, ਚਲੋ ਜੀ ਟ੍ਰੇਨਾਂ ਰੋਕ ਦਿਓ। ਟ੍ਰੇਨਾਂ ਦੇਣ ਤੋਂ ਵਾਰਾਣਸੀ ਵਾਲੀ ਟ੍ਰੇਨ ਰੋਕੀ, ਅਜਮੇਰ ਵਾਲੀ ਟ੍ਰੇਨ ਰੋਕੀ, ਨਾਂਦੇੜ ਸਾਹਿਬ ਵਾਲੀ ਟ੍ਰੇਨ ਇੱਕੋ ਗਈ ਸੀ ਬਸ, ਪਟਨਾ ਸਾਹਿਬ ਵਾਲੀ ਟ੍ਰੇਨ ਰੋਕੀ, ਅਜਮੇਰ ਸ਼ਰੀਫ ਵਾਲੀ ਟ੍ਰੇਨ ਰੋਕੀ। ਆਹ ਟ੍ਰੇਨਾਂ ਦੀ ਲਿਸਟ ਪਈ ਹੈ ਮੇਰੇ ਕੋਲ ਅਤੇ ਇਹਨਾਂ ਦਾ ਰਿਜੈਕਸ਼ਨ ਲੈਟਰ ਪਿਆ ਮੇਰੇ ਕੋਲ, MOU ਕਰਕੇ ਮੁੱਕਰ ਗਈ ਜੀ। ਆਹ ਰੇਲਵੇ ਦਾ ਰਿਜੈਕਸ਼ਨ ਲੈਟਰ ਹੈ ਜੀ ਕਿ ਅਸੀਂ ਨਹੀਂ ਦੇ ਸਕਦੇ ਤੁਹਾਨੂੰ ਟ੍ਰੇਨਾਂ, ਸਾਡੇ ਕੋਲ ਇੰਜਣ ਹੈ ਨਹੀਂ।
ਰੋਜ਼ ਦੋ ਡਬਲ ਇੰਜਨ ਕਰਦਾ ਫਿਰਦਾ ਰਹਿੰਦਾ ਮੋਦੀ, ਅਤੇ ਰੇਲਵੇ ਕੋਲ ਇੰਜਨ ਹੈ ਨਹੀਂ। ਹਾਂ ਹਾਂ ਇੰਜਨਾਂ ਦੀ ਘਾਟ ਆ ਕਹਿੰਦੇ ਸਾਡੇ ਕੋਲ, ਧੁੰਦ ਵਾਲੇ ਦਿਨ ਚੱਲਦੇ ਨੇ। ਟ੍ਰੇਨਾਂ ਕੋਲ ਇੰਜਣ ਹੈ ਨਹੀਂ, ਭਾਸ਼ਣ 'ਚ ਡਬਲ ਇੰਜਨ ਡਬਲ ਇੰਜਨ। ਹੁਣ ਮੈਨੂੰ ਜਿਹੜਾ ਡਰ ਹੈ ਉਹ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਸਹੀ ਨਾ ਨਿਕਲੇ ਉਹ ਜਨਗਣ ਮਨ 'ਚੋਂ ਪੰਜਾਬ ਕੱਢਣ ਵਾਲਾ, ਹੋਰ ਕੁਛ ਰਹਿ ਨਹੀਂ ਗਿਆ ਹੁਣ। ਕਿ ਲਗਾਤਾਰ ਦੋ ਮੈਂ ਹੁਣ ਇਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਖਾਸ ਤੌਰ 'ਤੇ ਪੰਜਾਬੀ ਨੇ ਜਿਹੜੇ ਉੱਥੇ ਬੀਜੇਪੀ 'ਚ, ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੁਣ ਕਿਹੜੇ ਮੂੰਹ ਨਾਲ ਪੰਜਾਬ ਆਉਂਗੇ ਜੀ 2024 ਦੀ ਤਿਆਰੀ ਕਰੀ ਜਾਂਦੇ ਹੋ? ਆਹ ਮੂੰਹ ਲੈ ਕੇ ਆਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ। ਉਹ ਤੁਹਾਡੀ ਹਾਈ ਕਮਾਂਡ ਤਾਂ ਰਿਜੈਕਟ ਕਰੀ ਜਾਂਦੀ ਹੈ ਪੰਜਾਬ ਨੂੰ, ਅਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ, ਪਤਾ ਨਹੀਂ ਅਸੀਂ ਕੀ ਕਰ ਲਾਂਗੇ। ਅਤੇ ਫਿਰ ਕਿਹੜੇ ਮੂੰਹ ਨਾਲ ਲੋਕਾਂ ਕੋਲ ਆਉਂਗੇ? ਆਇਓ ਫਿਰ, ਲੋਕ ਦੇਣਗੇ ਜਵਾਬ, ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਵੀ ਝਾਕੀਆਂ ਕੀ ਹੁੰਦੀਆਂ। ਪਰ ਹਾਂ, ਬਤੌਰ ਸਟੇਟ ਹੈੱਡ, ਬਤੌਰ ਪੰਜਾਬ ਦੇ ਮੁੱਖ ਮੰਤਰੀ, ਮੇਰਾ ਫਰਜ਼ ਬਣਦਾ ਜਦੋਂ ਵੀ ਕਿਤੇ ਇਹੋ ਜਿਹਾ ਕੁਛ ਪੰਜਾਬ ਦੇ ਕਲਚਰ 'ਤੇ, ਪੰਜਾਬ ਦੇ ਸੱਭਿਆਚਾਰ 'ਤੇ, ਪੰਜਾਬ ਦੇ ਵਿਰਸੇ 'ਤੇ, ਪੰਜਾਬ ਦੀਆਂ ਕੁਰਬਾਨੀਆਂ 'ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੰਕਟ ਆਵੇ ਤਾਂ ਸਟੇਟ ਦੇ ਹੈੱਡ ਦਾ ਫਰਜ਼ ਬਣਦਾ ਕਿ ਉਹ ਅੱਗੇ ਹੋ ਕੇ ਇਸ ਸੰਕਟ ਦਾ ਸਾਹਮਣਾ ਕਰੇ ਲੋਕਾਂ ਨੂੰ ਨਾਲ ਲੈ ਕੇ। ਸੋ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਨਾਲ ਲੈ ਕੇ ਇਸ ਸੰਕਟ ਦਾ ਸਾਹਮਣਾ ਕਰੂੰਗਾ। ਇਕੱਲਾ ਸਿਰਫ ਉੱਥੇ ਵਿਰੋਧ ਨਹੀਂ ਕਰੂੰਗਾ ਮੈਂ, ਇਕੱਲਾ ਇਹੀ ਝਾਕੀਆਂ ਪੰਜਾਬ ਵਾਲੀ 26 ਜਨਵਰੀ 'ਚ ਹੋਣਗੀਆਂ, ਜਿਹੜੀ ਪੰਜਾਬ 'ਚ 26 ਜਨਵਰੀ ਮਨਾਈ ਜਾਊਗੀ, ਜਿੱਥੇ ਮੈਂ ਵੀ ਜਾਊਂਗਾ, ਸਾਡੇ ਮੰਤਰੀ ਵੀ ਜਾਣਗੇ, ਸਪੀਕਰ ਸਾਹਿਬ ਵੀ ਜਾਣਗੇ, ਉੱਥੇ ਇਹ ਝਾਕੀਆਂ ਹੋਣਗੀਆਂ। ਨਾਲ ਅਸੀਂ ਲਿਖਾਂਗੇ ਰਿਜੈਕਟਡ ਬਾਈ ਸੈਂਟਰ। ਸਾਡਾ ਤਾਂ ਵਿਰਸਾ ਹੈ, ਸਾਨੂੰ ਸਾਡਾ ਵਿਰਸਾ ਦਿਖਾਉਣ ਤਾਂ ਨਹੀਂ ਰੋਕ ਸਕਦੇ। ਠੀਕ ਹੈ, ਦਿੱਲੀ ਵਾਲੀ ਉਸ ਰੋਡ ਤੋਂ ਕੱਢ ਲਉਂਗੇ, ਜਿਹੜੀ ਰੋਡ 'ਤੇ ਜਿਹੜੀ ਝਾਕੀਆਂ ਹੁੰਦੀਆਂ ਨੇ ਉਹ 'ਚੋਂ ਸਾਨੂੰ ਤੁਸੀਂ ਛੇਕ ਦੋਗੇ, ਪਰ ਪੰਜਾਬ 'ਚ ਤਾਂ ਅਸੀਂ ਕਰ ਸਕਦੇ ਹਾਂ। ਸੋ ਪੰਜਾਬ ਦੇ ਵਿੱਚ ਝਾਕੀਆਂ 3 ਨੇ ਜਿਹੜੀਆਂ ਨੇ, ਸ਼ਹੀਦਾਂ ਵਾਲੀ, ਮਾਈ ਭਾਗੋ ਜੀ ਵਾਲੀ ਅਤੇ ਕਲਚਰ ਵਾਲੀ, ਇਹ ਸਾਰੀਆਂ 3 ਨੇ ਪੰਜਾਬ ਦੇ ਵਿੱਚ 26 ਜਨਵਰੀ ਨੂੰ ਕੱਢੀਆਂ ਜਾਣਗੀਆਂ। ਔਰ ਕੋਸ਼ ਉੱਥੇ ਤਾਂ ਅਸੀਂ 3 ਹੀ ਭੇਜਣੀਆਂ ਸੀ, ਇੱਥੇ ਅਸੀਂ ਜਿੰਨੀਆਂ ਵੱਧ ਤੋਂ ਵੱਧ ਹੋ ਸਕੀਆਂ ਪਹਿਲਾਂ ਉਹ ਭੇਜਾਂਗੇ, ਜਿਹੜੀਆਂ 26 ਜਨਵਰੀ ਨੂੰ ਜਿਹੜੇ ਜ਼ਿਲ੍ਹੇ ਰਹਿ ਗਏ ਉਹ ਤੋਂ ਬਾਅਦ ਵੀ ਉਹਨਾਂ ਨੂੰ ਭੇਜਾਂਗੇ। ਅਸੀਂ ਇਹ ਦੱਸਾਂਗੇ ਪੰਜਾਬ ਦੇ ਲੋਕਾਂ ਨੂੰ ਕਿ ਇਹ ਜਦੋਂ ਆਉਣਗੇ ਤੁਹਾਡੇ ਕੋਲ ਤਾਂ ਇਹਨਾਂ ਨੂੰ ਪੁੱਛਿਓ ਕਿ ਕੀ ਤੁਹਾਨੂੰ ਆਹ ਵਿਰਸਾ ਸਾਡਾ ਪਸੰਦ ਨਹੀਂ, ਕੀ ਤੁਹਾਨੂੰ ਜਲਿਆਂ ਵਾਲੇ ਬਾਗ ਦਾ ਕਾਂਡ ਭੁੱਲ ਗਿਆ, ਕੀ ਤੁਹਾਨੂੰ ਕਰਤਾਰ ਸਿੰਘ ਸਰਾਭਾ ਹੋਰੀ ਪਸੰਦ ਨਹੀਂ, ਕੀ ਤੁਹਾਨੂੰ ਲਾਲਾ ਲਾਜਪਤ ਰਾਏ ਜੀ ਦੀ ਕੁਰਬਾਨੀ, ਸਾਈਮਨ ਕਮਿਸ਼ਨ ਗੋ ਬੈਕ ਦਾ ਲਿਖਿਆ ਹੋਇਆ ਨਾਰਾ ਸੀ ਉਹਦੇ 'ਚ ਭੀੜ ਦੇ ਵਿੱਚ ਪਾਇਆ ਹੋਇਆ ਜਿਹੜਾ, ਉਹ ਭੁੱਲ ਗਏ? ਅਤੇ ਤੁਸੀਂ ਕਿਹੜੀ ਕਾਹਦੀ ਗੱਲ ਕਰਦੇ ਹੋ, ਕਿਹੜੇ ਲੋਕਤੰਤਰ ਦੀ ਗੱਲ ਕਰਦੇ ਹੋ? ਅਤੇ ਸਾਨੂੰ ਦਿੰਦੇ ਹੋ ਤੁਸੀਂ ਦੇਸ਼ ਭਗਤੀ ਦੇ ਸਰਟੀਫਿਕੇਟ, ਅਤੇ ਤੁਸੀਂ ਕਿਹੜਾ ਕਲਚਰ ਦਿਖਾਓਗੇ ਸਾਨੂੰ? ਸੋ ਸਾਡਾ ਇਸ ਕਲਚਰ 'ਤੇ ਜੋ ਹਮਲਾ ਹੋਇਆ ਉਹਦੀ ਮੈਂ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ, ਅਤੇ ਨਾਲ ਮੈਂ ਫਿਰ ਇੱਕ ਵਾਰੀ ਪੁੱਛਦਾ ਇਹਨਾਂ ਦੇ ਲੀਡਰਾਂ ਨੂੰ, ਬੀਜੇਪੀ ਦਿਆਂ ਨੂੰ, ਮੋਦੀ ਸਾਹਿਬ ਨੂੰ ਵੀ ਪੁੱਛਦਾ ਮੈਂ ਕਿ ਮੋਦੀ ਸਾਹਿਬ ਕੱਲ੍ਹ ਤਾਂ ਬੜਾ ਮਨਾ ਰਹੇ ਸੀ ਬੀਰਬਾਲ ਅਤੇ ਸਿੱਖ ਕੌਮ ਦੀ, ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਅਦੁੱਤੀ ਸ਼ਰਧਾਂਜਲੀ ਦੇ ਰਹੇ ਸੀ ਉਹਨਾਂ ਦੀ ਕੁਰਬਾਨੀ ਨੂੰ, ਅਤੇ ਅਚਾਨਕ ਅਗਲੇ ਦਿਨ ਇੱਕ ਚਿੱਠੀ ਆਉਂਦੀ ਹੈ ਜੀ ਸਾਰੀਆਂ ਕੁਰਬਾਨੀਆਂ ਜ਼ੀਰੋ ਕਰਤੀਆਂ ਤੁਸੀਂ, ਨਾ ਸਾਡੇ ਅਗਨੀਵੀਰ ਨੂੰ ਇਹ ਸੰਸਕਾਰ ਵੀ ਨਹੀਂ ਕਰਕੇ ਜਾਂਦੇ, 11 ਕਾਰਤੂਸ ਅਤੇ 11 ਸਲੂਟ ਹੈ ਨਹੀਂ ਇਹਨਾਂ ਕੋਲ ਉਸ ਜਵਾਨ ਨੂੰ ਸ਼ਰਧਾਂਜਲੀ ਦੇਣ ਨੂੰ, ਨਾ ਸਾਨੂੰ ਤੀਰਥ ਯਾਤਰਾ ਕਰਨ ਦਿੰਦੇ ਆ,
ਨਾ ਸਾਡੀਆਂ ਝਾਕੀਆਂ 15 ਅਗਸਤਾਂ 'ਚੋਂ ਅਤੇ 26 ਜਨਵਰੀ 'ਚੋਂ ਕੱਢਦੇ ਨੇ। ਇਹਦਾ ਮਤਲਬ ਥੋੜ੍ਹੀ ਹੈ ਕਿ ਅਸੀਂ ਆਪਣਾ ਕਲਚਰ ਭੁੱਲ ਜਾਂਗੇ, ਤੁਹਾਡੇ ਪਿੱਛੇ ਲੱਗ ਕੇ ਚੰਗਾ ਜੀ ਕਰ ਦਾਂਗੇ। ਬਾਰਡਰ 'ਤੇ ਤਾਂ ਹਜੇ ਵੀ ਅਸੀਂ ਖੜ੍ਹੇ ਹਾਂ, 532 ਕਿਲੋਮੀਟਰ ਬਾਰਡਰ ਹੈ ਪਾਕਿਸਤਾਨ ਦਾ, ਸਾਡੇ ਜਵਾਨ ਖੜ੍ਹੇ ਨੇ ਉੱਥੇ, ਹਰ ਰੋਜ਼ ਸ਼ਹੀਦੀਆਂ ਹੁੰਦੀਆਂ ਨੇ। ਚਾਈਨਾ ਦੇ ਬਾਰਡਰ 'ਤੇ ਅਸੀਂ ਖੜ੍ਹੇ ਹਾਂ, ਕਾਰਗਿਲ ਦੀਆਂ ਪਹਾੜੀਆਂ ਬਰਫਾਂ 'ਚ ਅਸੀਂ ਖੜ੍ਹੇ ਹਾਂ। ਤਾਂ ਕਿਰਪਾ ਕਰਕੇ ਜਿਹੜੀਆਂ ਕੋਚੀਆਂ ਚਾਲਾਂ ਚੱਲ ਰਹੇ ਹੋ ਤੁਸੀਂ ਕਿ ਅਸੀਂ ਐਂ ਕਲਚਰ ਖਤਮ ਕਰ ਦਾਂਗੇ ਸਟੇਟਾਂ ਦਾ, ਜਿਹੜੀ ਸਟੇਟ 'ਚ ਸਾਡਾ ਰਾਜ ਹੈ ਨਹੀਂ ਉਹ ਸਟੇਟ ਹੀ ਹੈ ਨਹੀਂ। ਦਿੱਲੀ ਦੀ ਵੀ ਹੈ ਨਹੀਂ ਝਲਕੀ, ਇਸ ਵਾਰ ਰਾਜਧਾਨੀ ਦੀ ਝਲਕੀ ਹੈ ਨਹੀਂ। ਮਤਲਬ ਹੁਣ ਤਾਂ ਸਿੱਧੇ ਜਿਹਾ ਹੋ ਗਿਆ ਵੀ ਜੇ ਇਹਨਾਂ ਨੂੰ ਵੋਟਾਂ ਪਾਓਗੇ ਤਾਂ ਝਲਕੀ ਆਊਗੀ, ਨਹੀਂ ਤਾਂ ਨਾ ਸਹੀ। ਕੋਈ ਗੱਲ ਨਹੀਂ, 2024 ਆਉਂਦੀ ਹੈ, ਦੱਸ ਦੇਣਗੇ ਲੋਕ, ਦੱਸ ਦੇਣਗੇ ਪੰਜਾਬ ਦੇ। ਸੋ ਮੈਂ ਬਹੁਤ ਇਸ ਗੱਲ 'ਤੇ ਨਿੱਜੀ ਤੌਰ 'ਤੇ ਵੀ ਮੈਂ ਦੁਖੀ ਹਾਂ ਇਸ ਗੱਲ ਤੋਂ, ਕਿ ਜਦ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਂ 'ਚ ਘੱਟ ਰਹੀ ਹੋਵੇ, ਸਾਡੇ ਵੱਲੋਂ ਕੋਈ ਚਿੱਠੀ ਦੇਰ ਨਾ ਗਈ ਹੋਵੇ, ਸਾਡੇ ਵੱਲੋਂ ਕੋਈ ਡਿਜ਼ਾਇਨ 'ਚ ਦੇਰੀ ਹੋਈ ਹੋਵੇ। ਅਸੀਂ ਤਾਂ ਐਡਵਾਂਸ ਲੈ ਕੇ ਜਾਂਦੇ ਸੀ, ਸਾਨੂੰ ਤਾਂ ਚਾਅ ਚੜਿਆ ਹੋਇਆ ਸੀ ਕਿ ਪੰਜਾਬ ਦੀ ਤਾਂ ਝਲਕ ਆ, ਤੈਨੂੰ ਦਿਖਾਵਾਂਗੇ, ਵਧੀਆ ਦਿਖਾਵਾਂ, ਸਾਰੀ ਦੁਨੀਆ ਦੇਖੂਗੀ। ਕੋਈ ਗੱਲ ਨਹੀਂ, ਅਸੀਂ ਇੱਥੇ ਕਰ ਲਾਂਗੇ। ਅਸੀਂ ਫਿਰ ਜੇ ਇੱਦਾਂ ਤੁਸੀਂ ਸਾਨੂੰ ਪੰਜਾਬ ਨੂੰ ਆਪਣੇ ਫੰਕਸ਼ਨ ਆਪ ਕਰਨ ਲਈ ਮਜਬੂਰ ਕਰ ਰਹੇ ਹੋ, ਫਿਰ ਤੁਸੀਂ ਸਾਡੇ 'ਤੇ ਕੋਈ, ਠੀਕ ਹੈ ਤੁਸੀਂ ਸਾਡਾ ਪੈਸਾ ਰੋਕ ਲਓਗੇ RDF ਦਾ, ਅਤੇ ਕੱਲ੍ਹ ਨੂੰ ਜਦੋਂ ਪੂਰੇ ਦੇਸ਼ ਨੂੰ ਅੰਨ ਦੀ ਲੋੜ ਹੋਊਗੀ ਉਦੋਂ ਤੁਸੀਂ ਸਾਡੇ ਕੋਲ ਆ ਜਾਂਦੇ ਹੋ। ਕੋਲਾ ਸਾਨੂੰ ਕਹਿੰਦੇ ਹੋ ਬਾਇਆ ਸ਼੍ਰੀਲੰਕਾ ਲੈ ਕੇ ਆਓ, ਚੌਲ ਸਾਨੂੰ ਦੇ ਦਿਓ, ਬਾਅਦ 'ਚ ਪਰਾਲੀ ਨੂੰ ਅੱਗ ਲਾਉਣ 'ਤੇ ਕਿਸਾਨਾਂ 'ਤੇ ਪਰਚੇ ਕਰ ਦਿਓ। ਸੋ ਇਹ ਜੋ ਬਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਸਖ਼ਤ ਨਿੰਦਣਯੋਗ ਹੈ। ਮੈਨੂੰ ਸਮਝ ਨਹੀਂ ਆਉਂਦੀ ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ, 7 ਵਜੇ ਦੇ ਕਰੀਬ TV ਦੇ ਚੈਨਲਾਂ 'ਤੇ ਹਰਜੀਤ ਗਰੇਵਾਲ, RP ਸਿੰਘ, ਮਨਜਿੰਦਰ ਸਿਰਸਾ, ਸੁਨੀਲ ਜਾਖੜ, ਲੱਲਾ ਭੱਬਾ ਐਂਡ ਅਦਰਸ, ਅੱਧੇ ਕਾਂਗਰਸੀ, ਉਹ ਕੀ ਬੋਲਣਗੇ ਅੱਜ? ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ, ਮੋਦੀ ਜੀ ਦੀ ਸੋਚ ਹੈ ਇਹ, ਬਹੁਤ ਵਧੀਆ ਸੋਚ ਹੈ, ਕਹਿਣਗੇ ਅੱਜ? ਅੱਜ ਕਹਿ ਕੇ ਦਿਖਾਉਣ ਫਿਰ। ਅੱਜ ਕੋਈ ਹੋਰ ਰਾਜਨੀਤਿਕ ਸਵਾਲ ਨਾ ਕਰੋ ਪਲੀਜ਼। ਇਹ ਚੈਲੇਂਜ ਲੱਗਦਾ, ਇਹ ਲੱਗਦਾ ਇਹ ਚੈਲੇਂਜ ਹੈ, ਲੱਗਦਾ ਸਾਨੂੰ ਇਹ ਚੁਣੌਤੀਆਂ ਦਿੰਦੇ ਕਿ ਕਰਕੇ ਦਿਖਾਓ ਕੀ ਕਰਦੇ। ਨਹੀਂ ਨਹੀਂ, ਲੈਟਰ ਵੀ ਲਿਖਾਂਗੇ, 26 ਜਨਵਰੀ 'ਚ ਮਹੀਨਾ ਪਿਆ ਹਜੇ, ਪਰ ਜਾ ਕੇ ਮਿਲਾਂਗੇ ਵੀ ਕਿ ਤੁਸੀਂ ਇਹ ਕੀ ਕੀਤਾ। ਬਲਕਿ ਅੱਜ ਸ਼ਾਮ ਨੂੰ ਕੈਪਟਨ ਇਹ ਸਵਾਲ ਕਿਰਪਾ ਕਰਕੇ ਕੈਪਟਨ ਸਾਹਿਬ ਦਾ ਨੰਬਰ ਹੋਣਾ, ਸੁਨੀਲ ਜਾਖੜ ਦਾ ਨੰਬਰ ਹੋਣਾ ਤੁਹਾਡੇ ਕੋਲ, ਪ੍ਰਧਾਨ ਨੇ ਪੰਜਾਬ ਦੇ, ਅੱਜ ਕੱਲ੍ਹ BJP ਦੇ ਨੇ, ਪਹਿਲਾਂ ਕਾਂਗਰਸ ਦੇ ਸੀ, ਪ੍ਰਧਾਨ ਨੇ, ਪੁੱਛੋ ਨਾ ਉਹਨਾਂ ਨੂੰ, ਪੁੱਛੋ ਤੁਸੀਂ ਮੈਥੋਂ ਕਿਉਂ ਪੁੱਛਦੇ ਹੋ ਕਿ ਕੀ ਕਰੋਗੇ, ਉਹਨੂੰ ਪੁੱਛੋਗੇ ਹੁਣ ਕੀ ਕਰੋਗੇ? ਸੁਪਰੀਮ ਕੋਰਟ ਤਾਂ ਫਿਰਦੇ ਹਾਂ, ਪਹਿਲਾਂ ਹੀ ਫਿਰਦੇ ਹਾਂ ਜੀ, ਗਵਰਨਰ ਸੰਤਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਜੀ, ਫਿਰ ਉਹ ਸੈਸ਼ਨ ਨੂੰ ਲੀਗਲ ਕਹਾਉਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਜੀ। ਇਹ ਚੱਲਣ ਦੇ ਰਹੇ ਸਟੇਟ, ਇਹ ਸਟੇਟ ਚੱਲਣ ਦੇ ਰਹੇ ਆ, ਇਹ ਕਿਹੜੀਆਂ ਸਟੇਟਾਂ ਨੂੰ ਤੰਗ ਕਰਦੇ ਆ? ਪੱਛਮੀ ਬੰਗਾਲ ਮਮਤਾ ਬੈਨਰਜੀ ਨੂੰ ਤੰਗ ਕਰਦੇ ਆ, ਕੇਰਲਾ 'ਚ ਕੇਰਲਾ ਦੀ ਸਰਕਾਰ ਨੂੰ ਤੰਗ ਕਰਦੇ ਆ, ਤਾਮਿਲਨਾਡੂ 'ਚ ਤਾਮਿਲਨਾਡੂ ਦੀ ਸਰਕਾਰ ਨੂੰ ਤੰਗ ਕਰਦੇ ਆ, ਇਹ ਜਿੱਥੇ ਜਿੱਥੇ, ਮਤਲਬ ਦਿੱਲੀ 'ਚ ਅਰਵਿੰਦ ਕੇਜਰੀਵਾਲ ਜੀ ਦਾ ਹਰ ਰੋਜ਼ ਕੋਈ ਨਾ ਕੋਈ ED ਦਾ ਨੋਟਸ, ਕਦੇ ਕੋਈ ਅਫਸਰ ਸਸਪੈਂਡ ਕਰਤਾ, ਆਹ ਨਹੀਂ ਹੋਣ ਦੇਣਾ, ਆਹ ਸ਼ਕਤੀਆਂ ਖੋਲਾਂਗੇ ਦਿੱਲੀ 'ਚ, ਜਿਹੜਾ ਉਹ ਤਾਂ ਮੇਰੇ ਖਿਆਲ 'ਚ ਇੰਤਹਾ ਹੀ ਕਰ ਰੱਖੀ ਹੈ ਤੰਗ ਕਰਨ ਦੀ। ਪੰਜਾਬ ਇੱਕ ਫੁੱਲ ਸਟੇਟ ਹੈ, ਸਾਨੂੰ ਤੰਗ ਕਰੀ ਜਾਂਦੇ ਆ, ਸਾਨੂੰ ਸੁਪਰੀਮ ਕੋਰਟ 'ਚੋਂ ਜਾ ਕੇ ਇਹ ਕਹਾਉਣਾ ਪੈਂਦਾ ਕਿ ਭਾਈ ਰਾਜਪਾਲ ਨੂੰ ਕਹੋ ਸਾਡਾ ਵਿਧਾਨ ਸਭਾ ਸੈਸ਼ਨ ਚੱਲ ਲੈਣ ਦਿਓ, ਸਾਡੇ ਬਿੱਲ ਪਾਸ ਕਰਾ ਦਿਓ ਜੀ। ਸੋ ਇਹ ਕੀ ਡੈਮੋਕ੍ਰੇਸੀ ਹੈ? ਇਹ ਕੀ ਦੱਸਣਾ ਚਾਹੁੰਦੇ ਨੇ? ਮਤਲਬ ਜੇ ਇਹ ਆ ਗਏ
ਅਤੇ ਜਿਹੜਾ ਉੱਥੇ ਕੋਈ ਵਿਰੋਧ ਕਰਦਾ ਪਾਰਲੀਮੈਂਟ 'ਚ ਚੱਕ ਕੇ ਮਾਰੋ ਬਾਹਰ, 150-150 ਨੂੰ ਸਸਪੈਂਡ ਕਰ ਦਿੰਦੇ ਆ। ਆਪ 2013 ਦੀ 2013 ਦੀ ਕਰ ਲਓ ਗੱਲ, 14 ਤੋਂ ਪਹਿਲਾਂ ਜਿਹੜਾ ਆਖਰੀ ਸੈਸ਼ਨ ਸੀ ਸਾਰੀ ਬੀਜੇਪੀ ਬਿੱਲ 'ਚ ਹੁੰਦੀ ਸੀ, ਸਾਰੀ ਬੀਜੇਪੀ ਬਿੱਲ 'ਚ, ਅਤੇ ਉਹ ਤਾਂ ਕੋਈ ਸਸਪੈਂਡ ਨਹੀਂ ਹੋਇਆ। ਚੱਕ ਕੇ ਇਹ ਜਿਹੜੀਆਂ ਡਿਕਟੇਟਰਸ਼ਿਪ ਵਾਲੀਆਂ ਜਿਹੜੀਆਂ ਗੱਲਾਂ ਨੇ ਗਲਤ ਨੇ, ਪੰਜਾਬ ਨਾਲ ਪੰਗੇ ਨਾ ਲਓ। ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਪੰਜਾਬ ਜਿਹੜੇ ਸਟੇਟ ਹੈ ਉਹ ਅੰਨਦਾਤਿਆਂ ਦੀ ਸਟੇਟ ਹੈ, ਉਹ ਸੂਰਵੀਰਾਂ ਸੂਰਮਿਆਂ ਦੀ ਸਟੇਟ ਹੈ, ਠੀਕ ਹੈ ਨਾ। ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ, ਅਸੀਂ ਫੌਜ 'ਚ ਜਾਣ ਨੂੰ ਤਿਆਰ ਹਾਂ। ਫੌਜ ਸਾਡੇ ਮੁੰਡੇ ਛਾਤੀਆਂ ਮੂਹਰੇ ਕਰਕੇ ਦੇਸ਼ ਵੱਲ ਨੂੰ ਆਉਂਦੀਆਂ ਗੋਲੀਆਂ ਨੂੰ ਰੋਕਣ ਨੂੰ ਤਿਆਰ ਨੇ, ਪਰ ਉਸਦੇ ਬਦਲੇ ਤੁਸੀਂ ਸਾਨੂੰ ਸਲੂਟ ਵੀ ਨਾ ਮਾਰੋ ਸਾਡੀ ਸ਼ਹੀਦੀ 'ਤੇ, ਸਾਨੂੰ ਤੁਸੀਂ 11 ਕਾਰਤੂਸਾਂ ਨਾਲ ਸਲਾਮੀ ਵੀ ਨਾ ਦੇ ਦਿਓ, ਅਤੇ ਇਹ ਤਾਂ ਫਿਰ ਜ਼ਿਆਦਾ ਗਲਤ ਹੈ। ਇਹਨਾਂ ਤੋਂ ਭਗਤ ਸਿੰਘ ਜੀ ਨੂੰ NOC ਦੀ ਲੋੜ ਨਹੀਂ ਹੈਗੀ। ਇਹ ਕੌਣ ਨੇ ਭਗਤ ਸਿੰਘ ਜੀ ਨੂੰ ਸ਼ਹੀਦ ਹੋ ਜਾ ਨਾ ਸ਼ਹੀਦ ਜਾਂ ਉਹਦੀ ਸ਼ਹਾਦਤ ਨੂੰ NOC ਦੇਣ ਵਾਲੇ? ਇਹਨਾਂ ਦਾ ਕੋਈ ਆਪਦਾ ਹੋਇਆ? ਸੋ ਭਗਤ ਸਿੰਘ ਜੀ ਤਾਂ ਪਹਿਲੇ ਹੀ ਵੱਡੇ ਨੇ। ਮੈਂ ਕਹਿੰਦਾ ਸੀ ਜੇ ਕਿਤੇ ਆਹ ਝਾਕੀਆਂ ਆ ਜਾਂਦੀਆਂ ਨਾ 26 ਜਨਵਰੀ ਦੀ ਗਰਿਮਾ ਵੱਧ ਜਾਂਦੀ। ਸ਼ਹੀਦਾਂ ਦੀ ਤਾਂ ਸਾਡੇ ਦਿਲਾਂ 'ਚ ਕਦਰ ਹੈਗੀ ਹੈਗੀ ਹੈ, ਉਹਦੇ ਨਾਲ ਕੋਈ ਘਟਣ ਨਹੀਂ ਲੱਗੀ, ਪਰ 26 ਜਨਵਰੀ ਦੇ ਫੰਕਸ਼ਨ ਦੀ ਗਰਿਮਾ ਵੱਧ ਜਾਂਦੀ ਕਿ ਇਹਨਾਂ ਕੋਲ ਆਹ ਕਲਚਰ ਵੀ ਹੈ, ਆਹ ਵੀ ਇਹਨਾਂ ਕੋਲ ਸ਼ਹਾਦਤਾਂ ਪਈਆਂ ਨੇ, ਆਹ ਵੀ ਇਹਨਾਂ ਕੋਲ ਸੂਰਬੀਰ ਹੋਏ ਨੇ। ਜਿਤਨੀ ਦੇਖੋ ਪਹਿਲੇ ਹਮਨੇ ਸੋਚਾ ਥਾ ਕਿ ਇਹ ਦਿੱਲੀ ਮੇਂ ਨਿਕਲੇਂਗੀ, ਤੋ ਅਭੀ ਹਮ ਫੈਸਲਾ ਲਿਆ ਅਭੀ ਰੀਸੈਂਟਲੀ ਕਿ ਇਸਕੋ ਜਿਤਨੀ ਜ਼ਿਆਦਾ ਸੇ ਜ਼ਿਆਦਾ ਬਣਾਏਂਗੇ ਹਮ ਪੂਰੇ ਪੰਜਾਬ ਮੇਂ ਨਿਕਾਲੇਂਗੇ। ਪੰਜਾਬ ਨੂੰ ਆਪਣੇ ਪੈਰਾਂ ਸਿਰ ਖੜਾ ਕਰਾਂਗੇ ਜੀ, ਸਾਨੂੰ ਲੋੜ ਨਹੀਂ ਹੈਗੀ ਉਹਨਾਂ ਦੀ। ਰਾਸ਼ਟਰਪਤੀ ਨੂੰ ਅਸੀਂ ਕਿਉਂ ਲੈਟਰ ਲਿਖੀਏ ਜੀ? ਨਿੱਕੀ ਗੱਲ ਸੀ, ਮਿੰਨਤਾਂ ਕਰੀ ਉਹਨਾਂ ਦੀਆਂ ਕਿ ਭਗਤ ਸਿੰਘ ਨੂੰ ਵਿੱਚ ਪਾਓ ਜੀ। ਰਾਸ਼ਟਰਪਤੀ ਜੀ ਇੱਕ ਆਜ਼ਾਦ ਦੇਸ਼ ਦੇ ਰਾਸ਼ਟਰਪਤੀ ਨੇ, ਆਜ਼ਾਦੀ ਕਿਹਨਾਂ ਲੈ ਕੇ ਦਿੱਤੀ ਸੀ? ਜਿਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਸੀ ਉਹਨਾਂ ਨੂੰ ਅਸੀਂ ਲੈਟਰ ਲਿਖੀਏ ਕਿ ਜਿਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਜੀ ਉਹਨਾਂ ਦੀ ਝਲਕੀ ਦਿਖਾ ਦਿਓ? ਇੱਦਾਂ ਥੋੜ੍ਹੀ ਹੋ ਜੂਗਾ। ਅਸੀਂ ਇਹਨਾਂ ਨੇ ਜੋ ਕਰਨਾ ਸੀ ਕਰਤਾ, ਹੁਣ ਜੋ ਅਸੀਂ ਕਰਾਂਗੇ ਉਹ 26 ਜਨਵਰੀ ਦੇਖ ਲਓ।